ਐਫਐਮ 95 ਪੰਜਾਬ ਰੰਗ ਦੇ ਸਭ ਸੁਣਨ ਵਾਲਿਆਂ ਦਾ ਔਰ ਸੋਸ਼ਲ ਮੀਡੀਆ ਰਾਹੀਂ ਵੇਖਣ ਵਾਲਿਆਂ ਦਾ ਮਸੂਦ ਮੱਲੀ ਨਨਕਾਣਾ ਸਾਹਿਬ ਦੇ ਵਿੱਚ ਬੜਾ ਨਿੱਘਾ ਜਿਹਾ ਸਵਾਗਤ ਕਰਦਾ ਹੈ। ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੀਆਂ ਰੌਣਕਾਂ ਔਰ ਇਹ ਰੌਣਕਾਂ ਨੇ ਜਿਹੜੀਆਂ ਇਹ ਲਿਸ਼ਕਾਂ ਮਾਰ ਰਹੀਆਂ ਜੀ ਨਨਕਾਣਾ ਸਾਹਿਬ 'ਚ ਔਰ ਇਹਨਾਂ ਦਾ ਰੰਗ ਢੰਗ ਕੀ ਹੈ ਉਹ ਮੈਂ ਨਹੀਂ ਉਹ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਦੱਸਣਗੀਆਂ। ਇਸ ਵੇਲੇ ਦੋ ਯਾਤਰੀ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਕਹਿੰਦੇ ਤੁਹਾਨੂੰ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆਪਣਾ? ਰਵਿੰਦਰ ਬੇਦੀ ਜੀ। ਕਿੱਥੋਂ ਆਉਣਾ ਹੋਇਆ? ਅੰਮ੍ਰਿਤਸਰ ਪੰਜਾਬ 'ਚ। ਜੀ ਜੀ ਆਇਆਂ ਨੂੰ ਕਹਿੰਦੇ ਅਸੀਂ ਤੁਹਾਨੂੰ ਲੈਂਦੇ ਪੰਜਾਬ 'ਚ। ਲੈਂਦੇ ਪੰਜਾਬ 'ਚ ਸਵਾਗਤ ਹੈ ਤੁਹਾਡਾ। ਠੀਕ ਠੀਕ। ਅੱਛਾ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਮਾਂ ਜੀ ਨਾਂ ਕੀ ਹੈ? ਦਰਸ਼ਨਾ ਦੇਵੀ। ਅੱਛਾ, ਤੇ ਦਰਸ਼ਨਾ ਜੀ ਦਾ ਆਉਣਾ ਵੀ ਚੜ੍ਹਦੇ ਪਾਸੇ ਹੋਇਆ? ਹਾਂਜੀ। ਇਲਾਕਾ ਕਿਹੜਾ ਆ? ਕੈਮਰੇ ਨੂੰ ਵੇਖ ਕੇ ਦੱਸੋ। ਅੰਮ੍ਰਿਤਸਰ ਦਾ ਜੀ। ਅੱਛਾ, ਇਹ ਦੱਸੋ ਕਿ ਸਾਡੇ ਇੱਥੇ ਬਾਬਾ ਗੁਰੂ ਨਾਨਕ ਜੀ ਦੇ 550ਵੇਂ ਜਨਮ ਦਿਨ ਦੀਆਂ ਰੌਣਕਾਂ ਬਾਰੇ ਜਿਹੜਾ ਉਪਰਾਲੇ ਕੀਤੇ ਗਏ ਨੇ ਪਾਕਿਸਤਾਨੀ ਸਰਕਾਰ ਵੱਲੋਂ, ਤੁਸੀਂ ਉਹਨਾਂ ਨੂੰ ਕਿੱਦਾਂ ਵੇਖਦੇ ਜੇ? ਤੁਹਾਨੂੰ ਰੰਗ ਢੰਗ ਕਿੰਝ ਨਜ਼ਰ ਆਉਣ ਡਿਆ? ਬਹੁਤ ਵਧੀਆ ਜੀ, ਬਹੁਤ ਵਧੀਆ। ਜੋ ਅਰਮਾਨ ਸਾਹਿਬ ਜਾਂ ਅਰਮਾਨ ਖਾਨ ਜੀ ਨੇ ਕੀਤਾ ਬਹੁਤ ਵਧੀਆ ਕੀਤਾ, ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਬਹੁਤ ਵਧੀਆ ਕੀਤਾ ਵਾ ਜਿਹੜਾ ਇਹਨਾਂ ਨੇ ਇੱਕ ਲੰਘਾ ਖੋਲਿਆ ਹੈ, ਅਤੇ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਜੋ ਵੀ ਇਹਨਾਂ ਨੇ ਕੀਤਾ ਹੈ ਬਹੁਤ ਵਧੀਆ ਕੀਤਾ ਹੈ, ਬਹੁਤ ਹੀ ਜ਼ਿਆਦਾ ਵਧੀਆ। ਇਮੋਸ਼ਨਸ ਕੀ ਨੇ ਜਦੋਂ ਇਹ ਲੰਘਾ ਖੁੱਲ ਗਿਆ ਹੈ ਔਰ ਇੱਥੋਂ ਠਾਠਾ ਮਾਰਦਾ ਪਿਆਰ ਹੈ ਜਿਹੜਾ ਉਹ ਉੱਥੇ ਲੱਭਾ ਕਿ ਜੀ ਆਇਆਂ ਨੂੰ ਆ ਜਾਓ? ਜੀ ਨਹੀਂ ਨਹੀਂ ਜੀ, ਠਾਠਾ ਮਾਰਦਾ ਪਿਆਰ ਹੀ ਲੱਭਾ ਹੈ। ਬਹੁਤ ਵਧੀਆ ਉਹਨਾਂ ਨੇ ਜੋ ਸਾਡੀ ਰਿਸਪੈਕਟ ਕੀਤੀ, ਜੋ ਰਿਸਪੈਕਟ ਕੀਤੀ ਉਹਨਾਂ ਨੇ, ਜੋ ਸਾਨੂੰ ਉਹਨਾਂ ਨੇ ਵੀ ਅਸੀਂ ਤੁਹਾਨੂੰ ਬਿਆਨ ਹੀ ਨਹੀਂ ਕਰ ਸਕਦੇ ਕਿ ਜੋ ਉਹਨਾਂ ਨੇ ਸਾਡੇ ਵੀ ਬਹੁਤ ਜ਼ਿਆਦਾ ਵਧੀਆ ਕੀਤਾ ਸੀ। ਅਰੇਂਜਮੈਂਟ ਵੀ ਬਹੁਤ ਵਧੀਆ ਸੀ ਅਤੇ ਰਿਸਪੈਕਟ ਵੀ ਬਹੁਤ ਵਧੀਆ ਸੀ ਸਾਡੇ। ਇਹ ਪਾਕਿਸਤਾਨੀ ਸਰਕਾਰ ਨੇ ਤੇ ਜਿਹੜੇ ਗੱਲਬਾਤ ਕੀਤੀ, ਜਿਹੜੇ ਵਾਅਦੇ ਕੀਤੇ, ਉਹਨਾਂ ਨੂੰ ਕਰ ਨਿਭਾਇਆ। ਚੜ੍ਹਦੇ ਪਾਸਿਓਂ ਤੁਹਾਡੀਆਂ ਸਰਕਾਰਾਂ ਵੱਲੋਂ ਜਿਹੜੀ ਸ਼ਾਬਾਸ਼ੀ ਹਲਾਸ਼ੇਰੀ ਲੰਬਣੀ ਚਾਹੀਦੀ ਸੀਗੀ, ਮੈਂ ਮਹਿਸੂਸ ਕਰਨਾ ਇੱਕ ਮੀਡੀਆ ਪਰਸਨ ਔਰ ਪਾਕਿਸਤਾਨੀ ਕੌਮ ਮਹਿਸੂਸ ਕਰਦੀ ਹੈ ਕਿ ਉਹਦੇ 'ਚ ਅੜੀਆਂ ਰਹੀਆਂ, ਸ਼ਾਬਾਸ਼ੀ ਨਹੀਂ ਲੱਭੀ। ਤੁਸੀਂ ਕਿੱਦਾਂ ਵੇਖਦੇ ਜੇ ਜਿਹੜੇ ਉੱਧਰ ਵਸਦੇ ਜੇ ਕਿ ਇਹ ਚਾਹ ਇੱਕ ਪਾਸੇ ਤਾਂ ਨਹੀਂ, ਤਾੜੀ ਤਾਂ ਦੋਵਾਂ ਹੱਥਾਂ ਨਾਲ ਵੱਜਣੀ ਚਾਹੀਦੀ? ਹਾਂਜੀ 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 ਜੀ, ਇਹ ਠੀਕ ਹੈ ਜੀ। ਦੇਖੋ ਜੀ, ਜਿਸ ਤਰ੍ਹਾਂ ਹੁਣ ਇਹਨਾਂ ਨੇ ਅਰਮਾਨ ਖਾਨ ਨੇ ਹੱਥ ਵਧਾਇਆ ਵਾ ਵੀ ਆਪਣਾ, ਹਾਂ ਵਧਾਇਆ ਹੈ, ਇਸ ਤਰ੍ਹਾਂ ਹੀ ਇਹ ਹੁਣ ਹਾਂ ਇਹ ਵੀ ਕਰਨਗੇ, ਇਹ ਵੀ ਕਰਨਗੇ, ਮੋਦੀ ਸਰਕਾਰ ਵੀ ਕਰੇਗੀ, ਬਹੁਤ ਵਧੀਆ ਵਾ ਜਾਣੀ ਕਿ। ਅੱਛਾ ਮਾਤਾ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਸਾਡੇ ਵੱਲੋਂ ਤੇ ਜ਼ਰਾ ਇਹ ਆ ਜਿਹੜਾ ਇਹ ਹੱਥ ਵਧਾਇਆ ਗਿਆ ਔਰ ਸਾਰਾ ਜਿਹੜਾ ਉਹ ਕਰ ਵਹਾ ਲਿਆ ਗਿਆ, ਉਹ ਕਸ਼ਮੀਰ ਬਾਰੇ, ਘੱਟ ਗਿਣਤੀਆਂ ਬਾਰੇ, ਮਤਲਬ ਕਿ ਉਹ ਚਾਹ ਜਾਂ ਉਹ ਰੀਝ ਜਿਹੜੀ ਜਿੱਦਾਂ ਤੁਸੀਂ ਰੱਖਦੇ ਜੇ, ਇੱਕ ਆਮ ਬੰਦੇ ਦੀ ਵੀ ਸੋਚ ਇਹ ਔਰ ਪਾਕਿਸਤਾਨੀ ਹੋਣ ਨਾਲ ਤੇ ਅਸੀਂ ਜ਼ਰਾ ਉਸ ਤੋਂ ਦੋ ਪੈਰ ਅੱਗੇ ਜਾ ਕੇ ਸੋਚਦੇ ਹਾਂ, ਚਲੋ ਦੋ ਪੈਰ ਅੱਗੇ ਨਹੀਂ, ਇੰਨਾ ਕਿਤੇ ਹੋਣਾ ਚਾਹੀਦਾ ਆ, ਉਹ ਉਧਰੋਂ ਹੋਣ ਦੀ ਡਿਆ ਵਜ੍ਹਾ ਕੀ ਸੀ? ਤੁਸੀਂ ਬਜ਼ੁਰਗ ਜੇ ਕਿੱਦਾਂ ਵੇਖਦੇ ਜੇ? ਅਸੀਂ ਤਾਂ ਇਸ ਟਾਈਮ ਤੇ ਤਾਂ ਬਹੁਤ ਵਧੀਆ ਵੇਖਣ ਡਏ ਆ ਵੀ ਸ਼ਾਇਦ ਮਸਲਾ ਇਹ ਹੱਲ ਪੂਰਾ ਹੋ ਹੀ ਜਾਊਗਾ। ਹਾਂਜੀ, ਵੈਸੇ ਵੀ ਅਸੀਂ ਇਹ ਕਹਿ ਰਹੇ ਕਿ ਮੋਦੀ ਸਰਕਾਰ ਨੂੰ ਵੀ ਹੱਥ ਵਧਾਉਣਾ ਚਾਹੀਦਾ ਵਾ ਕਿ ਜਿਸ ਤਰ੍ਹਾਂ ਤੁਹਾਡੀ ਸਰਕਾਰ ਨੇ ਹੱਥ ਵਧਾਇਆ ਵਾ, ਇਸ ਤਰ੍ਹਾਂ ਉਹਨਾਂ ਨੇ ਸੰਧੂ ਪਰਿਵਾਰ ਨੇ ਆਪਣੇ ਦਰਬਾਰ ਖਾਨ ਨੇ ਹੱਥ ਵਧਾਇਆ, ਇਸ ਤਰ੍ਹਾਂ ਸਾਡੇ ਵੀ ਮੋਦੀ ਪਰਿਵਾਰ ਹੱਥ ਵਧਾਵੇ ਤੇ ਇਹਨੂੰ ਸੁੱਖਾ ਹਮੇਸ਼ਾ ਲਈ ਖੁੱਲ ਜਾਵੇ। ਤੇ ਤੁਸੀਂ ਹੁਣ ਜਦੋਂ ਉਧਰੋਂ ਆਏ ਜੇ, ਆਉਣ ਤੋਂ ਪਹਿਲਾਂ ਵੀ ਪਾਕਿਸਤਾਨੀ ਬਾਰੇ ਕੁਛ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਆ ਕੇ ਇੱਥੇ ਜੋ ਵੇਖਿਆ ਉਹ ਕਿਹੋ ਜਿਹਾ ਤੇ ਗੱਲਾਂ ਕਿਹੋ ਜਿਹੀਆਂ ਸਨ? ਆਣ ਕੇ ਵੇਖਿਆ ਆ, ਉਹ ਦੱਸ ਰਿਹਾ ਸੀ ਹੁਣ ਉੱਥੋਂ ਆ ਰਿਹਾ ਕਰਤਾਰਪੁਰ ਤੋਂ, ਇੱਥੇ ਆਏ ਨੂੰ ਸਰ ਅਸੀਂ ਸੋਮਵਾਰ ਦੇ ਆਏ ਹਾਂ। ਦੇਖੋ ਜੀ, ਕਹਿਣ ਤੇ ਸੁਣਨ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ, ਪਹਿਲਾਂ ਆਪਾਂ ਇੱਕ ਵਟਸਐਪ ਦੇ ਉੱਤੇ ਇੱਕ ਮੀਡੀਆ ਵਿੱਚ ਜੋ ਆਪਾਂ ਦੇਖਦੇ ਹੁੰਦੇ ਸੀ ਉਹੀ, ਪਰ ਜੋ ਅਸੀਂ ਆਣ ਕੇ ਬਾਈ ਫੇਸ ਦੇਖਿਆ ਹੈ ਤੇ ਜੋ ਸਾਨੂੰ ਪਿਆਰ ਮਿਲਿਆ ਹੈ, ਆਪਾਂ ਇਹ ਜਾ ਕੇ ਪੰਜਾਬ ਦੇ ਵਿੱਚ ਦੱਸਾਂਗੇ, ਹਿੰਦੁਸਤਾਨ ਵਿੱਚ ਦੱਸਾਂਗੇ ਜਾ ਕੇ ਕਿ ਸਾਨੂੰ ਬਹੁਤ ਜ਼ਿਆਦਾ ਪਾਕਿਸਤਾਨ ਵਾਲਿਆਂ ਨੇ ਪਿਆਰ ਦਿੱਤਾ ਹੈ, ਕਿ ਬਹੁਤ ਜ਼ਿਆਦਾ ਵਧੀਆ ਕੀਤਾ, ਅਸੀਂ ਇਹਦੇ ਬਾਰੇ ਬਿਆਨ ਹੀ ਨਹੀਂ ਕਰ ਸਕਦੇ ਸਾਨੂੰ। ਇਸ ਨਿੱਘ ਪਿਆਰ ਨੂੰ ਵੀ ਨਾਲ ਲੈ ਕੇ ਜਾਇਆ ਜੇ, ਸੋਹਣੀਆਂ ਯਾਦਾਂ ਲੈ ਕੇ ਵੀ ਜਾਇਆ ਜੇ, ਤੁਸੀਂ ਇਹ ਦੱਸੋ ਮਾਤਾ ਜੀ ਕਿ 550ਵੇਂ ਜਨਮ ਦਿਨ ਦੀਆਂ ਰੌਣਕਾਂ ਦੇ ਬਾਰੇ ਜਿਹੜੇ ਉਪਰਾਲੇ ਹੋਏ ਨੇ, ਉਸ ਬਾਰੇ ਤੁਹਾਡੇ ਕੀ ਵਿਚਾਰ ਨੇ ਸਰਕਾਰ ਵੱਲੋਂ ਤੇ ਲੋਕਾਈ ਦੇ ਪਿਆਰ ਵੱਲੋਂ? ਬਹੁਤ ਸੋਹਣਾ ਆ, ਸਰਕਾਰ ਨੇ ਵੀ ਠੀਕ ਕੀਤਾ ਆ ਔਰ ਆਪਣੀ ਜੋ ਜਨਤਾ ਆ ਉਹਨੇ ਵੀ ਬਹੁਤ ਜ਼ਿਆਦਾ ਪਿਆਰ ਵਧਾਇਆ ਆ, ਬਹੁਤ ਇੰਤਜ਼ਾਮ ਕੀਤਾ, ਪਿਆਰ ਦਿੱਤਾ ਹੈ ਸਰਕਾਰ ਨੇ, ਤੇ ਬਹੁਤ ਜ਼ਿਆਦਾ ਪਿਆਰ ਦਿੱਤਾ, ਤਾਂ ਹੀ ਤੇ ਲੰਘਾ ਖੋਲਿਆ ਉਹਨਾਂ ਨੇ, ਤਾਂ ਹੀ ਤੇ ਸੰਗਤਾਂ ਆਈਆਂ ਨੇ, ਸਰਕਾਰ ਦੇ ਪਿਆਰ ਦੇ ਨਾਲ ਹੀ ਆਈਆਂ, ਪਿਆਰ ਦੇ ਨਾਲ ਹੀ ਆਈਆਂ, ਜੇ ਜਿਹੜਾ ਰਸਤਾ ਖੋਲ ਦਿੱਤਾ ਤੇ ਰਸਤੇ ਦੇ ਕਰਕੇ ਬਹੁਤ ਜ਼ਿਆਦਾ ਸੰਗਤਾਂ ਆਈਆਂ ਆ, ਨਹੀਂ ਤਾਂ ਉਤਰਾ ਇੱਕ ਮੈਂ ਆ ਗਈ, ਇਹ ਨਾ ਇਹ ਆ ਗਈ, ਤੂੰ ਨਾ ਆਇਆ, ਫਿਰ ਵਿੱਚੇ ਦਿਲ 'ਚ ਤਮੰਨਾ ਰਹਿੰਦੀ ਹੈ ਜੀ। ਇਹ ਨੇ ਉਹ ਸ਼ਬਦ ਜਿਹੜੇ ਮੈਂ ਨਹੀਂ ਦੱਸਦਾ, ਜਿਹੜੇ ਮੂੰਹ ਬੋਲਣ ਡੇ ਨੇ, ਇਹ ਉਹ ਪਿਆਰ ਜਿਹੜਾ ਬਾਬੇ ਨਾਨਕ ਦੀ ਇਸ ਪਵਿੱਤਰ ਧਰਤੀ ਤੇ ਖਲੋ ਕੇ ਹੱਕ ਸੱਚ ਤਰ੍ਹਾਂ ਯਾਤਰੀ ਬਿਆਨ ਕਰਨ ਡੇ ਨੇ। ਸੋ ਇਸ ਕਵਰੇਜ ਦੇ ਨਾਲ ਨਨਕਾਣਾ ਸਾਹਿਬ ਤੋਂ FM 95 ਪੰਜਾਬ ਰੰਗ ਰੰਗ ਜ਼ਿੰਦਗੀ ਦੇ ਵਾਸਤੇ ਮੈਂ ਸਾਂ ਮਸੂਦ ਮੱਲੀ, ਮਿਲਦੇ ਹਾਂ ਅਗਲੀ ਕਵਰੇਜ ਨਾਲ।